ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਕੌਣ ਬਣੇਗਾ ਐਮਪੀ 'ਚ? ਅੱਜ ਗੱਲ ਕਰਾਂਗੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਸਿਟੀ ਬਿਊਟੀਫੁਲ ਚੰਡੀਗੜ੍ਹ ਦੀ, ਚੰਡੀਗੜ੍ਹ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਟਿਕਟ ਕਿਸ ਨੂੰ ਮਿਲ ਸਕਦੀ ਹੈ, ਕਿਉਂਕਿ ਉਮੀਦਵਾਰਾਂ ਦੀ ਲਾਈਨ ਜਿਹੜੀ ਹੈ ਬਹੁਤ ਲੰਬੀ ਹੈ। ਉਮੀਦਵਾਰ ਜਿਹੜੇ ਆ ਚਾਹਵਾਨ ਨੇ ਟਿਕਟਾਂ ਦੇ, ਖਾਸ ਤੌਰ 'ਤੇ ਉਹ ਬਹੁਤ ਲੰਬੀ ਲਾਈਨ ਹੈ। ਗੱਲਬਾਤ ਕਰਦੇ ਹਾਂ ਗਗਨਦੀਪ ਮੇਰੇ ਨਾਲ ਨੇ। ਗਗਨ, ਸਭ ਤੋਂ ਪਹਿਲਾਂ ਤਾਂ ਗੱਲ ਹੁਣ ਚੰਡੀਗੜ੍ਹ ਦੀ ਕਰ ਲਈਏ, ਦੋ ਸੂਬਿਆਂ ਦੀ ਰਾਜਧਾਨੀ ਵੀ ਹੈ ਪੰਜਾਬ ਹਰਿਆਣਾ ਦੀ, ਔਰ ਕਿਸ ਕਿਸ ਦੀਆਂ ਚਰਚਾਵਾਂ ਨੇ ਇਸ ਵਾਰ, ਕਿਉਂਕਿ ਦੋ ਵਾਰ ਲਗਾਤਾਰ ਕਿਰਨ ਖੇਰ ਜਿੱਤੇ ਆ, ਇਸ ਵਾਰ ਕੌਣ ਲੱਗ ਰਿਹਾ ਰੇਸ? ਬਿਲਕੁਲ, ਔਰ ਵਿਕਰਮ ਜਦੋਂ ਵੀ ਗੱਲ ਚੰਡੀਗੜ੍ਹ ਦੀ ਆਉਂਦੀ ਹੈ ਤਾਂ ਇੱਦਾਂ ਮਹਿਸੂਸ ਹੁੰਦਾ ਕਿ ਪੰਜਾਬ ਲੰਗੜੇ ਸੂਬੇ ਦੀ ਲੰਗੜੀ ਰਾਜਧਾਨੀ, ਜਿਸ ਦੇ ਉੱਤੇ ਹੱਕ ਤਾਂ ਬਹੁਤ ਸਮੇਂ ਤੋਂ ਪੰਜਾਬੀ ਜਿਤਾਉਂਦੇ ਆ ਰਹੇ ਨੇ, ਪਰ ਕਦੀ ਵੀ ਉਸ ਤਰੀਕੇ ਦਾ ਹੱਕ ਚੰਡੀਗੜ੍ਹ ਦਾ ਨਹੀਂ ਮਿਲਿਆ। ਜੇ ਸ਼ੁਰੂਆਤ ਦੀ ਗੱਲ ਕਰੀਏ, ਚੰਡੀਗੜ੍ਹ ਦਾ ਨਾਮ ਚੰਡੀ ਮਾਤਾ ਦੇ ਮੰਦਿਰ ਤੋਂ ਪੈਂਦਾ, ਚੰਡੀ ਔਰ ਗੜ੍ਹ ਜਿਹੜਾ ਹੈ ਉਸਦਾ ਨਾਮ ਉੱਥੋਂ ਦੀ ਬਣਦਾ ਹੈ। ਚੰਡੀਗੜ੍ਹ ਸ਼ਹਿਰ ਜਵਾਹਰ ਲਾਲ ਨਹਿਰੂ ਹੋਣਾ ਦਾ ਇੱਕ ਪਹਿਲਾ ਡ੍ਰੀਮ ਪ੍ਰੋਜੈਕਟ ਸੀਗਾ, ਕਿਉਂਕਿ ਜਦੋਂ ਆਪਾਂ ਸਾਂਝੇ ਪੰਜਾਬ ਦੀ ਗੱਲ ਕਰੀਏ, ਵੰਡ ਤੋਂ ਪਹਿਲਾਂ ਦੀ ਗੱਲ ਕਰੀਏ, ਤਾਂ ਜੋ ਪੰਜਾਬ ਆਪਣਾ ਹੁੰਦਾ ਸੀਗਾ ਇਸ ਦੀ ਰਾਜਧਾਨੀ ਲਾਹੌਰ ਹੋਇਆ ਕਰਦੀ ਸੀ, ਪਰ ਜਦੋਂ ਵੰਡ ਹੋ ਜਾਂਦੀ ਹੈ, ਲਹਿੰਦਾ ਪੰਜਾਬ ਉੱਧਰ ਹੋ ਜਾਂਦਾ, ਚੜ੍ਹਦਾ ਪੰਜਾਬ ਇੱਧਰ ਆ ਜਾਂਦਾ, ਤਾਂ ਇਸ ਦੀ ਰਾਜਧਾਨੀ ਯਾਰ ਇਸ ਨੂੰ ਰੀਪ੍ਰਜੈਂਟ ਕਰਨ ਦੇ ਵਾਸਤੇ ਜੋ ਪੰਡਿਤ ਜਵਾਹਰ ਲਾਲ ਨਹਿਰੂ ਨੇ, ਉਹ ਸੋਚਦੇ ਨੇ ਕਿ ਕਿਉਂ ਨਾ ਕੋਈ ਇਹੋ ਜਿਹਾ ਡ੍ਰੀਮ ਪ੍ਰੋਜੈਕਟ ਬਣਾਇਆ ਜਾਵੇ। ਤਾਂ ਫ੍ਰੈਂਚ ਆਰਕੀਟੈਕਟ ਜੋ ਲੀ ਕੋਰਬੂਜ਼ੀਅਰ ਨੇ, ਲੀ ਕੋਰਬੂਜ਼ੀਅਰ ਦੇ ਥਰੂ ਚੰਡੀਗੜ੍ਹ ਨੂੰ ਪਲੈਂਡ ਕਰਾਇਆ ਜਾਂਦਾ, ਹਾਲਾਂਕਿ ਇਸ ਤੋਂ ਪਹਿਲਾਂ ਇੱਕ ਅਮੈਰੀਕਨ ਆਰਕੀਟੈਕਟ ਨੂੰ ਵੀ ਇਸਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਪਰ ਉਦੋਂ ਪਲੇਨ ਕ੍ਰੈਸ਼ ਹੋ ਜਾਂਦਾ ਅਤੇ ਉਹ ਜ਼ਿੰਮੇਵਾਰੀ ਲੀ ਕੋਰਬੂਜ਼ੀਅਰ ਦੇ ਕੋਲ ਆ ਜਾਂਦੀ ਹੈ। ਤਾਂ ਲੀ ਕੋਰਬੂਜ਼ੀਅਰ ਬੜੇ ਪਲੈਂਡ ਤਰੀਕੇ ਦੇ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਜਮ੍ਹਾਂ ਪੈਰਾਂ ਦੇ ਵਿੱਚ ਇਸ ਨੂੰ ਵਸਾਉਣ ਦਾ ਸੋਚਦੇ ਨੇ, ਔਰ ਉਦੋਂ ਵੀ ਉਜਾੜਾ ਕਿਸ ਦਾ ਹੋਇਆ? ਉਦੋਂ ਪੰਜਾਬ ਦਾ ਹੀ ਉਜਾੜਾ ਹੋਇਆ, ਪੰਜਾਬ ਦੇ ਪਿੰਡਾਂ ਨੂੰ ਹੀ ਉਜਾੜ ਕੇ ਚੰਡੀਗੜ੍ਹ ਨੂੰ ਬਣਾਇਆ ਜਾਂਦਾ ਹੈ। ਤਾਂ ਕਹਿੰਦੇ ਉਦੋਂ ਦੱਸਦੇ ਕਿ ਜੇ ਖਰੜ ਉਦੋਂ ਮੰਗਿਆ ਜਾਂਦਾ ਸੀ ਕਿ ਜਦੋਂ ਵੰਡ ਹੋਈ ਤਾਂ ਵੰਡ ਵੇਲੇ ਹਰਿਆਣਾ ਇਸ ਦੇ ਉੱਤੇ ਆਪਣਾ ਹੱਕ ਰੱਖਦਾ ਸੀ, ਔਰ ਕਹਿੰਦੇ ਕਿ ਜੇ ਹਰਿਆਣਾ ਨੂੰ ਖਰੜ ਦੇ ਦਿੱਤਾ ਜਾਂਦਾ, ਅੱਜ ਇੱਧਰਲਾ ਸਾਰਾ ਹੱਕ ਵੀ ਔਰ ਉੱਧਰਲਾ ਹਰਿਆਣੇ ਦੇ ਕੋਲ ਹੋ ਜਾਣਾ ਸੀਗਾ। ਹਾਲਾਂਕਿ ਉਦੋਂ ਮੋਰਚੇ ਲੱਗੇ, ਸੰਤ ਫਤਿਹ ਸਿੰਘ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਮੋਰਚੇ ਲਗਾਏ ਜਾਂਦੇ ਨੇ, ਔਰ ਜਦੋਂ ਵੰਡ ਹੁੰਦੀ ਹੈ ਔਰ ਵੰਡ ਤੋਂ ਬਾਅਦ ਚੰਡੀਗੜ੍ਹ ਨੂੰ ਜਦੋਂ ਵਸਾਇਆ ਜਾਂਦਾ ਤਾਂ ਲੀ ਕੋਰਬੂਜ਼ੀਅਰ ਜਿਹੜੇ ਨੇ ਉਹ ਇਸਦੇ 31 ਸੈਕਟਰ ਬਣਾਉਂਦੇ ਨੇ, 13 ਸੈਕਟਰ ਨਹੀਂ ਬਣਾਇਆ ਜਾਂਦਾ ਕਿਉਂਕਿ ਫ੍ਰੈਂਚ ਜਿਹੜੇ ਨੇ ਉਹ 13 ਨੂੰ ਅਨਲੱਕੀ ਨੰਬਰ ਮੰਨਦੇ ਨੇ ਆਪਣਾ, ਤਾਂ 13 ਸੈਕਟਰ ਨਹੀਂ ਚੰਡੀਗੜ੍ਹ ਦੇ ਸੈਕਟਰ ਹੈ ਨਹੀਂ ਚੰਡੀਗੜ੍ਹ ਜੀ। ਔਰ ਉਸ ਤੋਂ ਬਾਅਦ ਹਾਲਾਂਕਿ ਸੈਕਟਰ ਵੱਧਦੇ ਕਿ ਹੁਣ 56 ਤੱਕ ਸੈਕਟਰ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਹੋ ਚੁੱਕੇ ਨੇ, ਔਰ ਉੱਥੇ ਪੰਜਾਬ ਦੀ ਜੇਕਰ ਆਪਾਂ ਗੱਲ ਕਰਦੇ ਤਾਂ ਪੰਜਾਬ ਦਾ ਸਿੱਧੇ ਤੌਰ ਦੇ ਉੱਤੇ ਚੰਡੀਗੜ੍ਹ, ਕਿਉਂਕਿ ਪੰਜਾਬ ਨੂੰ ਰੀਪ੍ਰਜੈਂਟ ਕਰਦੀ ਰਾਜਧਾਨੀ ਬਣਾਈ ਗਈ ਸੀ ਪੰਜਾਬ ਦੇ ਉੱਤੇ, ਪੰਜਾਬ ਦੇ ਸਿਆਸਤਦਾਨਾਂ ਨੇ ਸਮੇਂ ਦੇ ਉੱਤੇ ਇਹ ਗੱਲ ਕਹੀ ਕਿ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਦੇ ਉੱਤੇ, ਔਰ ਸਾਡੇ ਤਾਂ ਜਿਸ ਤਰੀਕੇ ਨਾਲ ਸਾਰੇ ਕੰਮਕਾਰ ਜੇ ਆਪਾਂ ਗੱਲ ਕਰੀਏ ਤਾਂ ਉਹ ਜਿਹੜਾ ਕਮਿਸ਼ਨ ਸੀ ਉਹ ਵੀ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਹੀ ਲਾਗੂ ਹੁੰਦਾ ਸੀਗਾ, ਪਰ ਪਿੱਛੇ ਤੁਹਾਨੂੰ ਯਾਦ ਹੋਊਗਾ ਅਮਿਤ ਸ਼ਾਹ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਕੇਂਦਰ ਦਾ ਜਿਹੜਾ ਸਰਵਿਸ ਰੂਲ ਹੈ ਉਹ ਚੰਡੀਗੜ੍ਹ ਦੇ ਵਿੱਚ ਲਾਗੂ ਕੀਤਾ ਜਾਊਗਾ, ਔਰ ਉਸ ਤੋਂ ਬਾਅਦ ਉਹ ਬਦਲਾਅ ਹੋ ਜਾਂਦਾ ਹੈ। 7 ਵਾਰ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਪੈ ਚੁੱਕੇ ਨੇ ਕਿ ਚੰਡੀਗੜ੍ਹ ਨੂੰ ਜੋ ਹੈ ਪੰਜਾਬ ਨੂੰ ਦਿੱਤਾ ਜਾਵੇ, ਹਾਲਾਂਕਿ ਜਿਹੜੀ ਵੰਡ ਹੋਈ 60-40 ਦੀ ਵੰਡ ਹੁੰਦੀ ਹੈ, ਉਸ ਤੋਂ ਬਾਅਦ ਹਿਮਾਚਲ ਨੂੰ ਵੀ ਉਸਦੇ ਵਿੱਚ ਪਾ ਦਿੱਤਾ ਜਾਂਦਾ, 7.19% ਜਿਹੜੀ ਆ ਉਹ ਹਿਮਾਚਲ ਨੂੰ ਵੀ ਇਸਦੇ ਵਿੱਚ ਦੇ ਦਿੱਤੀ ਜਾਂਦੀ ਹੈ। ਤਾਂ ਚੰਡੀਗੜ੍ਹ ਨੂੰ ਲੈ ਕੇ ਲਗਾਤਾਰ ਇਹ ਚਰਚਾਵਾਂ ਸਿਆਸੀ ਵੀ ਰਹੀਆਂ ਨੇ, ਤੁਹਾਡੇ ਵੀ ਤੁਸੀਂ ਵੀ ਧਿਆਨ ਦੇ ਵਿੱਚ ਹੋਊਗਾ ਕਿ ਜਿੰਨੇ ਵੀ ਸਿਆਸੀ ਬਿਆਨਬਾਜ਼ੀਆਂ ਆਉਂਦੀਆਂ ਨੇ ਉਹਦੇ ਵਿੱਚ ਇਹੀ ਸੁਣਨ ਨੂੰ ਮਿਲਦਾ ਕਿ ਪੰਜਾਬ ਦੀ ਇਹ ਵੱਖਰੀ ਰਾਜਧਾਨੀ ਹੋਣੀ ਚਾਹੀਦੀ ਹੈ। ਵਿਧਾਨ ਸਭਾ ਨੂੰ ਲੈ ਕੇ ਹਰਿਆਣੇ ਨੇ ਹਾਲਾਂਕਿ ਵੱਖਰੀ ਮੰਗ ਰੱਖੀ ਸੀ ਕਿ ਸਾਨੂੰ ਜਗ੍ਹਾ ਅਲਾਟ ਵੱਖਰੀ ਹੋਣੀ ਚਾਹੀਦੀ, ਕਿਉਂਕਿ ਉਹ ਜਗ੍ਹਾ ਛੋਟੀ ਹੋ ਗਈ। ਪਹਿਲਾਂ ਤਾਂ ਉਹ ਸਾਂਝੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਵਿਧਾਨ ਸਭਾ ਵੀ ਇੱਕੋ ਹੋਇਆ ਕਰਦੀ ਸੀਗੀ, ਔਰ ਹਾਲਾਂਕਿ ਬਿਲਡਿੰਗ ਤਾਂ ਹੁਣ ਵੀ ਇੱਕੋ ਹੀ ਹੈ ਗਗਨ, ਬਿਲਕੁਲ ਰਾਹ ਵੱਖੋ ਵੱਖਰੇ ਆ ਪਰ ਬਿਲਡਿੰਗ ਇੱਕੋ ਹੀ ਆ, ਹਰਿਆਣੇ ਵਾਲੇ ਅੱਡ ਬੰਦ ਪਾਸੇ ਬਹਿ ਜਾਂਦੇ ਆ ਔਰ ਇੱਧਰ ਪੰਜਾਬ, ਔਰ ਉਹ ਕਹਿੰਦੇ ਕਿ ਸਾਨੂੰ ਉਹ ਉਨੀ ਸਪੇਸ ਨਹੀਂ ਮਿਲਦੀ ਜਿੰਨੀ ਹੋਣੀ ਚਾਹੀਦੀ ਹੈ ਪੰਜਾਬ ਦੇ ਕੋਲ, ਹਾਲਾਂਕਿ ਉਹ ਵੱਡੀ ਜਗ੍ਹਾ ਹੈ ਪੰਜਾਬੀ ਅਸੈਂਬਲੀ, ਜੇ ਆਪਾਂ ਗੱਲ ਕਰੀਏ ਤਾਂ ਸਿਟਿੰਗ ਤੁਸੀਂ ਦੇਖੋਗੇ, ਲੇਆਊਟ ਦੇਖੋਗੇ ਤਾਂ ਉਹ ਵੱਡਾ ਲੇਆਊਟ ਹੈ, ਪਰ ਸਿਆਸਤ ਵੀ ਚੰਡੀਗੜ੍ਹ ਦੇ ਉੱਤੇ ਸਮੇਂ ਸਮੇਂ ਦੇ ਉੱਤੇ ਹੁੰਦੀ ਨਜ਼ਰ ਆਉਂਦੀ ਹੈ, ਔਰ ਉਹੀ
ਪਾਰਟੀਆਂ ਚੰਡੀਗੜ੍ਹ ਦੇ ਉੱਤੇ ਕਲੇਮ ਵੀ ਕਰਦੀਆਂ ਨਜ਼ਰ ਆਉਂਦੀਆਂ ਨੇ। ਬਿਲਕੁਲ, ਤਾਂ ਹੁਣ ਲੈ ਚੱਲਦੇ ਹਾਂ ਕੀ ਕਿਹੜੇ ਕਿਹੜੇ ਚਿਹਰੇ ਆ, ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਜਿੱਤਦਾ ਕੌਣ ਕੌਣ ਆਇਆ। ਚੰਡੀਗੜ੍ਹ ਦੇ ਹਿਸਟਰੀ ਦੀ ਗੱਲ ਕਰਦੇ ਹਾਂ, 1980 ਤੋਂ ਲੈ ਕੇ ਚੰਡੀਗੜ੍ਹ ਲੋਕ ਸਭਾ ਦੇ ਨਤੀਜੇ ਜਿਹੜੇ 1980 ਤੋਂ ਜਗਨਨਾਥ ਕੌਸ਼ਲ ਜੋ ਕਿ ਕਾਂਗਰਸ ਦੇ ਸੀਗੇ, 84 ਦੇ ਵਿੱਚ ਵੀ ਉਹੀ ਜਿੱਤਦੇ ਆ, ਫਿਰ 1999 ਦੇ ਵਿੱਚ ਜਦੋਂ ਆਉਂਦਾ ਤਾਂ ਹਰਮੋਹਨ ਧਵਨ ਜਨਤਾ ਦਲ ਦੀ ਐਂਟਰੀ ਇੱਥੋਂ ਹੁੰਦੀ ਹੈ, ਫਿਰ 1991 ਦੇ ਵਿੱਚ ਪਵਨ ਕੁਮਾਰ ਬਾਂਸਲ ਆ ਜਾਂਦੇ ਆ ਕਾਂਗਰਸ ਦੇ ਨੇ, ਫਿਰ ਉਸ ਤੋਂ ਬਾਅਦ ਸੱਤਿਆਪਾਲ ਜੈਨ ਆ ਜਾਂਦੇ ਆ, ਫਿਰ ਬੀਜੇਪੀ ਜਨਤਾ ਦਲ, ਫਿਰ ਬੀਜੇਪੀ, ਔਰ ਉਸ ਤੋਂ ਬਾਅਦ ਫਿਰ 1998 ਦੇ ਵਿੱਚ ਵੀ ਬੀਜੇਪੀ ਜਿੱਤਦੀ ਹੈ, ਸੱਤਿਆਪਾਲ ਜੈਨ ਜਿੱਤਦੇ ਆ, ਔਰ ਉਸ ਤੋਂ ਬਾਅਦ ਫਿਰ 1999 ਦੇ ਵਿੱਚ ਪਵਨ ਕੁਮਾਰ ਬਾਂਸਲ ਜਿੱਤਦੇ ਆ, 2004 ਦੇ ਵਿੱਚ ਵੀ ਪਵਨ ਕੁਮਾਰ ਬਾਂਸਲ, ਪਵਨ ਕੁਮਾਰ ਬਾਂਸਲ ਉਹਨਾਂ ਨੇ ਚੰਗੀ ਖੇਡੀ ਹੈ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਜਿਹੜੀ ਹੈ ਭੂਮਿਕਾ ਨਿਭਾਈ। 2014 ਤੇ 2019 ਚ ਕਿਰਨ ਖੇਰ, ਹਾਲਾਂਕਿ ਹੁਣ ਤਾਂ ਬਹੁਤ ਚਰਚਾ ਦੇ ਵਿੱਚ ਵੀ ਸੀ ਉਹ, ਥੋੜਾ ਜਿਹਾ ਪਿਛਲੇ ਦਿਨ ਥੋੜਾ ਜਿਹਾ ਇੱਕ ਤਾਂ ਫਰੌਡ ਵੀ ਉਹਨਾਂ ਦੇ ਨਾਲ ਹੋ ਗਿਆ ਸੀ, ਦੂਜਾ ਉਹ ਬਿਆਨ ਬਹੁਤ ਤਿੱਖੇ ਦੇ ਰਹੇ ਸੀ, ਥੋੜਾ ਜਿਹਾ ਕਹਿੰਦੇ ਹੋਮਵਰਕ ਨਹੀਂ ਕਰਕੇ ਆਉਂਦੇ, ਪੱਤਰਕਾਰਾਂ ਨਾਲ ਵੀ ਗਰਮ ਹੋ ਗਏ ਸੀ ਜੀ। ਬਿਲਕੁਲ, ਔਰ ਤੁਸੀਂ ਦੇਖੋਗੇ ਚੰਡੀਗੜ੍ਹ ਦੇ ਵਿੱਚ ਵੀ ਹੁਣ ਸੈਲੀਬ੍ਰਿਟੀ ਫੇਸ ਨੂੰ ਕਿਉਂ ਸੈਲੀਬ੍ਰੇਟ ਕਰਨਾ ਜਾਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਆਪਾਂ ਗੱਲ ਤਾਂ ਕਰਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ, ਪਰ ਇਸ ਵਿੱਚ ਤੁਸੀਂ ਵੇਖੋਗੇ 70% ਜਿਹੜੀ ਹੁਣ ਆਬਾਦੀ ਵੀ ਹੈ ਨਾ ਵਿਕਰਮ, ਉਹ ਵੀ ਤੁਹਾਨੂੰ ਬਾਹਰਲੀ ਨਜ਼ਰ ਆਊਗੀ। ਪੰਚਕੂਲਾ ਨਾਲ ਟ੍ਰਾਈ ਸਿਟੀ ਲੱਗ ਗਿਆ, ਮੋਹਾਲੀ ਹੋ ਗਿਆ, ਖਰੜ ਹੋ ਗਿਆ, ਜ਼ੀਰਕਪੁਰ ਹੋ ਗਿਆ, ਔਰ ਬਾਹਰਲੇ ਲੋਕ ਇੱਥੇ ਆ ਕੇ ਜ਼ਿਆਦਾ ਵਸੇ ਹੋਣ, ਕਿ ਡਾਇਵਰਸਿਟੀ ਹੋਣੀ ਚਾਹੀਦੀ ਹੈ, ਪਰ ਜਿਸ ਤਰੀਕੇ ਨਾਲ ਪੰਜਾਬ ਦੀ ਜਿਹੜੀ ਉਸਦੇ ਉੱਤੇ ਕਲੇਮ ਸੀ, ਪੰਜਾਬ ਦਾ ਜੋ ਹੱਕ ਹੋਣਾ ਚਾਹੀਦਾ ਸੀ, ਤੁਸੀਂ ਦੇਖੋ ਉਹ ਵੀ ਬਦਲਦਾ ਹੋਇਆ ਨਜ਼ਰ ਆਇਆ। ਤਾਂ ਜੇ ਅਸੀਂ ਗੱਲ ਕਰੀਏ ਭਾਸ਼ਾ ਦੇ ਹਿਸਾਬ ਦੇ ਨਾਲ ਵੰਡ ਦੀ ਜਦੋਂ ਗੱਲ ਆਉਂਦੀ ਹੈ, ਤਾਂ ਉਦੋਂ ਵੀ ਇਹ ਜ਼ਿਕਰ ਹੋਇਆ ਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਤਾਂ ਹਿੰਦੀ ਬੋਲਦੇ ਲੋਕ ਜ਼ਿਆਦਾ ਆ ਗਏ ਨੇ, ਬਹੁਤ ਸਾਰੇ ਬਿਊਰੋਕਰੈਟਸ, ਬਹੁਤ ਸਾਰੇ ਜਿਹੜੇ ਲੋਕ ਜਿਹੜੇ ਰਿਟਾਇਰ ਹੋ ਕੇ ਉਹਨਾਂ ਨੇ ਆਪਣੀਆਂ ਕੋਠੀਆਂ, ਆਪਣੀਆਂ ਪ੍ਰੋਪਰਟੀਜ਼ ਇੱਥੇ ਚੰਡੀਗੜ੍ਹ ਦੇ ਵਿੱਚ ਬਣਾ ਲਈਆਂ। ਤਾਂ ਚੰਡੀਗੜ੍ਹ ਇੱਕ ਕਹਿੰਦੇ ਰਿਟਾਇਰਮੈਂਟ ਵਾਸਤੇ ਇੱਕ ਬੜਾ ਪੀਸਫੁੱਲ ਔਰ ਬੜਾ ਪਲੈਨਡ ਸ਼ਹਿਰ ਹੈ, ਜੇ ਕਿਸੇ ਨੇ ਰਿਟਾਇਰ ਲਾਈਫ ਇੰਜੋਏ ਕਰਨੀ ਹੈ ਨਾ, ਤਾਂ ਚੰਡੀਗੜ੍ਹ ਦੇ ਵਿੱਚ ਰਿਟਾਇਰਮੈਂਟ ਆਪਣੀ ਲਾਈਫ ਇੰਜੋਏ ਕਰ ਸਕਦਾ ਹੈ। ਗੋਰੇ ਇੰਗਲੈਂਡ ਤੋਂ ਰਿਟਾਇਰ ਹੋ ਕੇ ਨਿਊਜ਼ੀਲੈਂਡ ਵਸਾਇਆ ਸੀ ਉਹਨੇ, ਤਾਂ ਉਸੇ ਤਰੀਕੇ ਨਾਲ ਤੁਸੀਂ ਦੇਖੋ ਚੰਡੀਗੜ੍ਹ, ਔਰ ਤੁਸੀਂ ਦੇਖੋ ਇਨਵਾਇਰਮੈਂਟ ਦੇ ਵਾਲੇ ਪਾਸਿਓਂ ਵੀ ਨਾਲ ਹੀ ਸ਼ਿਵਾਲਿਕ ਦੀ ਪਹਾੜੀਆਂ, ਜੇ ਤੁਸੀਂ ਬਾਹਰਲੇ ਇੱਧਰਲੇ ਸੈਕਟਰਸ ਦੀ ਆਪਾਂ ਗੱਲ ਕਰੀਏ ਤਾਂ ਇੱਥੋਂ ਦੀ ਸ਼ਿਵਾਲਿਕ ਦੀ ਪਹਾੜੀਆਂ ਨਜ਼ਰ ਆਉਣ ਲੱਗ ਜਾਂਦੀਆਂ, ਕਿੰਨਾ ਸੋਹਣਾ ਉੱਥੇ ਦਾ ਇਨਵਾਇਰਮੈਂਟ ਨਜ਼ਰ ਆ ਜਾਂਦਾ ਹੈ, ਪੀਸਫੁੱਲ ਹੈ, ਲੇਕ ਹੈ, ਬਹੁਤ ਸਾਰੇ ਅਜਿਹੇ ਜਿਹੜਾ ਆਰਕੀਟੈਕਟ ਹੀ ਪੂਰਾ ਬਣਾਇਆ ਹੋਇਆ, ਤੁਸੀਂ ਦੇਖੋਗੇ ਸਾਈਕਲ ਟਰੈਕਸ ਨੇ, ਇਹ ਵਾਲੀ ਚੀਜ਼ਾਂ ਨੇ, ਉਹ ਜ਼ਰੂਰ ਇੱਕ ਖਿੱਚ ਦਾ ਕੇਂਦਰ ਤਾਂ ਚੰਡੀਗੜ੍ਹ ਨੂੰ ਹਮੇਸ਼ਾ ਹੀ ਬਣਾ ਕੇ ਰੱਖਿਆ ਹੋਇਆ, ਜਿਸ ਦੇ ਕਾਰਨ ਬਾਹਰਲੇ ਲੋਕ ਵੀ ਜੋ ਨੇ ਆਪਣਾ ਇਨਵੈਸਟਮੈਂਟ ਇੱਥੇ ਆ ਕੇ ਕਰਦੇ ਨੇ ਔਰ ਇੱਥੇ ਹੀ ਰਹਿਣਾ ਉਹਨਾਂ ਨੂੰ ਪਸੰਦ ਹੈ। ਬਹੁਤ ਸਾਰੇ ਸੈਲੀਬ੍ਰਿਟੀਜ਼ ਦੀ ਗੱਲ ਕਰ ਲਈਏ, ਉਹ ਵੀ ਇੱਥੇ ਆ ਕੇ ਵਸੇ ਹੋਏ ਨੇ ਔਰ ਉਹਨਾਂ ਦੀਆਂ ਪ੍ਰੋਪਰਟੀਜ਼ ਇੱਥੇ ਸਾਨੂੰ ਨਜ਼ਰ ਆਉਂਦੀਆਂ ਨੇ। ਤਾਂ ਚੰਡੀਗੜ੍ਹ ਦੀ ਜੇ ਆਪਾਂ ਹੁਣ ਸਿਆਸਤ ਦੀ ਗੱਲ ਕਰ ਲਈਏ, ਹਾਲਾਂਕਿ ਇਸ ਸੀਟ ਦੇ ਉੱਤੇ ਇੰਡੀਆ ਅਲਾਇੰਸ ਨੇ ਆਪਣੇ ਤੌਰ ਦੇ ਉੱਤੇ ਚੋਣ ਲੜਨੀ ਹੈ, ਪਰ ਸੀਟ ਭਾਜਪਾ ਦੇ ਕੋਲ ਹੈ, ਤਾਂ ਭਾਜਪਾ ਕਿਸ ਦੇ ਉੱਤੇ ਦਾਅ ਖੇਡ ਸਕਦੀ ਹੈ? ਭਾਜਪਾ ਦੀ ਜੇਕਰ ਗੱਲ ਕਰਦੇ ਹਾਂ ਤਾਂ ਭਾਜਪਾ ਆਪਣੇ ਪੱਤੇ ਕਿਹੜੇ ਕਿਹੜੇ ਉਮੀਦਵਾਰਾਂ ਦੇ ਉੱਤੇ ਅਜਮਾ ਸਕਦੀ ਹੈ? ਤਾਂ ਸਭ ਤੋਂ ਪਹਿਲਾਂ ਵਿਕਰਮ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਰਨ ਖੇਰ ਹੋਣਾ ਨੇ, ਹਾਲਾਂਕਿ ਪਿੱਛੇ ਜੇ ਚਰਚਾ ਚੱਲੀ ਸੀ ਕਿ ਸ਼ਾਇਦ ਇਲੈਕਸ਼ਨ ਨਾ ਵੀ ਲੜਨ, ਪਰ ਇਸ ਵਾਰ ਤਾਂ ਸਾਖ ਜਿਹੜੀ ਹੈ ਗੁੱਡਵਿਲ ਪੂਰੀ ਦੀ ਪੂਰੀ, ਕਿਉਂਕਿ ਤਬੀਅਤ ਵੀ ਖਰਾਬ ਹੈ ਇਹਨਾਂ ਦੀ, ਤਬੀਅਤ ਇਹਨਾਂ ਦੀ ਖਰਾਬ ਜਿਹੜਾ ਹੈ ਉਹਨਾਂ ਨੇ ਫਾਈਟ ਕੀਤਾ ਬਿਮਾਰੀ ਨਾਲ ਜੂਝੇ, ਔਰ ਇਹ ਕਹਿ ਵੀ ਰਹੇ ਕਿ ਮੇਰੀ ਹੁਣ ਸਿਹਤ ਉਸ ਤਰੀਕੇ ਨਾਲ ਅਲਾਉ ਨਹੀਂ ਕਰਦੀ। ਪਰ ਗਗਨ, ਬੀਜੇਪੀ ਦੇ ਲਈ ਤਾਂ ਬਹੁਤ ਵੱਡਾ ਚੈਲੰਜ ਹੈ ਇਸ ਵਾਰ, ਹਰ ਹਾਲ ਦੇ ਵਿੱਚ ਚੋਣ ਜਿੱਤਣਾ, ਜੋ ਮਰਜ਼ੀ ਹੋ ਜਾਵੇ ਕਹਿੰਦੇ ਚੋਣ ਜਿੱਤਣਾ, ਇਲੈਕਸ਼ਨ ਜਿੱਤਣਾ। ਚੰਡੀਗੜ੍ਹ ਸੀਟ ਤਾਂ ਖਾਸ ਤੌਰ ਦੇ ਉੱਤੇ ਵਕਾਰ ਦਾ ਸਵਾਲ ਬਣੀ ਹੋਈ ਹੈ, ਤੁਸੀਂ ਇਹ ਦੇਖਿਆ ਹੋਗਾ ਮੇਅਰ ਇਲੈਕਸ਼ਨ, ਵਿਕਰਮ ਮੇਅਰ ਇਲੈਕਸ਼ਨ ਇਹਨਾਂ ਨੇ ਏਦਾਂ ਲੜੀ ਹੈ ਜਿਵੇਂ ਇਹ ਲੋਕ ਸਭਾ ਸੀਟ ਦੀ ਇਲੈਕਸ਼ਨ ਹੋਵੇ। ਅਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਬਕਾਇਦਾ ਜਦੋਂ ਉਹ ਪੂਰੀ ਚੱਲ ਰਹੀ ਸੀ ਕਾਰਵਾਈ, ਅਨਿਲ ਮਸੀਹ ਜਿਹੜੇ ਉਹਨਾਂ ਦੇ ਪ੍ਰੈਜ਼ਾਈਡਿੰਗ ਆਫਿਸਰ ਸੀ, ਉਹਨਾਂ ਨੇ ਕਿਵੇਂ ਕਾਟੇ ਮਾਰੇ, ਮਾਮਲਾ ਰੱਦ ਕਰਤੀਆਂ ਸੀ, ਇਨਵੈਲਿਡੇਟਾਂ ਰੱਦ ਹੋ ਗਿਆ, ਸੁਪਰੀਮ ਕੋਰਟ ਚਲਾ ਗਿਆ ਮਾਮਲਾ, ਸੁਪਰੀਮ ਕੋਰਟ ਨੇ ਝਾੜ ਝੰਬ ਕੀਤੀ, ਉਹ ਸਾਰੀ ਵੋਟਾਂ ਨੂੰ ਜਿਹੜਾ ਹੈ ਉਹ ਉਹਨਾਂ ਨੇ ਸਹੀ ਠਹਿਰਾਇਆ, ਔਰ ਹੁਣ ਮੇਅਰ ਜੋ ਹੈ ਉਹ
ਇੰਡੀਆ ਅਲਾਇੰਸ ਦਾ ਬਣ ਚੁੱਕਿਆ ਹੈ, ਫਿਰ ਉਸਦੇ ਚਲਦਿਆਂ ਦੇ ਦੌਰਾਨ ਵੀ ਕਿਵੇਂ ਤਿੰਨ ਆਪਦੇ ਕੌਂਸਲਰ ਪੱਟ ਕੇ ਇੱਧਰ ਬੀਜੇਪੀ ਚਲੇ ਗਏ, ਉੱਧਰੋਂ ਦੀ ਹੁਣ ਫਿਰ ਛੱਡ ਕੇ ਦੋ ਬੀਬੀਆਂ ਇੱਧਰ ਆ ਗਈਆਂ, ਤਾਂ ਪੂਰਾ ਇੱਕ ਵਕਾਰ ਦਾ ਸਵਾਲ ਚੰਡੀਗੜ੍ਹ ਸੀਟ ਦੇ ਉੱਤੇ ਔਰ ਇੰਡੀਆ ਅਲਾਇੰਸ ਨੂੰ ਟੱਕਰ ਦੇਣ ਦੇ ਉੱਤੇ ਭਾਜਪਾ ਦਾ ਬਣਿਆ ਹੋਇਆ ਸੀ, ਤਾਂ ਭਾਜਪਾ ਨੂੰ ਦੇਖਣਾ ਹੋਊਗਾ ਕਿ ਕਿਹੜੇ ਹੈਵੀ ਵੇਟ ਉਹ ਚਿਹਰੇ ਉਤਾਰ ਸਕਦੇ ਨੇ। ਔਰ ਇਸ ਦੇ ਨਾਲ ਨਾਲ ਕਿਰਨ ਖੇਰ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਤਾਂ ਕਿਰਨ ਖੇਰ ਇੰਟਰਸਟਿਡ ਇੰਨੇ ਨਜ਼ਰ ਕਹਿੰਦੇ ਨਹੀਂ ਆ ਰਹੇ ਕਿ ਉਹ ਇਲੈਕਸ਼ਨ ਲੜਨ ਦੇ ਮੂਡ ਦੇ ਵਿੱਚ ਹੋਣ, ਹਾਲਾਂਕਿ ਪਾਰਟੀ ਜ਼ਰੂਰ ਕਹਿ ਰਹੀ ਹੋਊਗੀ ਉਹਨੂੰ ਫੋਰਸ ਕਰ ਰਹੇ ਹੋ ਕਿ ਨਹੀਂ ਤੁਸੀਂ ਵੀ ਦੁਬਾਰਾ ਇੱਕ ਵਾਰ ਫਿਰ ਆਪਣੀ ਬਾਜ਼ੀ ਅਜ਼ਮਾਓ, ਪਰ ਸਿਹਤ ਦਾ ਵੀ ਹਵਾਲਾ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ, ਔਰ ਦੂਸਰੇ ਪਾਸੇ ਉਹਨਾਂ ਨੂੰ ਲੱਗਦਾ ਕਿ ਹੁਣ ਦੋ ਪਾਰੀਆਂ ਖੇਡ ਲੀਆਂ ਤਾਂ ਇੱਕ ਹੈਪੀ ਰਿਟਾਇਰਮੈਂਟ ਜਿਹਨੂੰ ਕਹਿੰਦੇ ਨੇ, ਜਾਂ ਕਹਿ ਲਓ ਕਿ ਜਿਹੜੀ ਜਿੱਤੀ ਹੋਈ ਰਿਟਾਇਰਮੈਂਟ ਆ ਉਹੀ ਹਾਸਲ ਕੀਤੀ ਜਾਵੇ, ਐਵੇਂ ਕਿਤੇ ਹਾਰ ਦਾ ਸਿਰਾ ਨਾ ਮੱਥੇ ਲੱਗ ਜਾਵੇ। ਫਿਰ ਉਸ ਤੋਂ ਬਾਅਦ ਉਹ ਵੀ ਹੋ ਜਾਂਦਾ ਜਦੋਂ ਦੋ ਵਾਰ ਬੰਦਾ ਜਿੱਤ ਗਿਆ, ਤੀਜੀ ਵਾਰ ਇਹਨਾਂ ਨੂੰ ਲੱਗਦਾ ਕਿ ਐਂਟੀ ਇਨਕੰਬੈਂਸੀ ਨਾ ਹੋ ਜੇ। ਜੀ ਸੰਜੇ ਟੰਡਨ ਹੋਣਾਂ ਦਾ ਜ਼ਿਕਰ ਹੋ ਰਿਹਾ ਗਗਨ, ਅਨੁਰਾਗ ਠਾਕੁਰ ਹੋਣਾਂ ਦਾ ਵੀ, ਕਿਉਂਕਿ ਇਹ ਸੀਟ 'ਤੇ ਤਾਂ ਕਹਿੰਦੇ ਹੈਵੀ ਵੇਟ ਚਿਹਰੇ ਆਉਣੇ ਚਾਹੀਦੇ ਜਿਨ੍ਹਾਂ ਦਾ ਚੰਗਾ ਅੱਛਾ ਖਾਸਾ ਹਿੰਦੂਆਂ ਦੇ ਵਿੱਚ ਵੀ ਜ਼ਬਰਦਸਤ ਤਰੀਕੇ ਨਾਲ ਹੋਲਡ ਹੋਵੇ। ਬਿਲਕੁਲ, ਕੰਗਣਾ ਦਾ ਜ਼ਿਕਰ ਤਿੰਨ ਚਾਰ ਥਾਵਾਂ 'ਤੇ ਹੋ ਰਿਹਾ ਪੰਜਾਬ ਦੇ, ਜਿਵੇਂ ਆਪਾਂ ਪਹਿਲਾਂ ਗੁਰਦਾਸਪੁਰ ਜ਼ਿਕਰ ਕੀਤਾ, ਤਾਂ ਕੰਗਣਾ ਤਾਂ ਕਹਿੰਦੇ ਕਿ ਲੜਾ ਸਕਦੇ ਆ ਕੰਗਣਾ ਨੂੰ, ਹੁਣ ਦੇਖੋ ਲੜਦੀ ਕਿੱਥੋਂ ਹੈ। ਪਰ ਤਿੰਨ ਚਾਰ ਨਾਮਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਜੀ ਬਲਰਾਮ ਜੀ ਦਾਸ ਟੰਡਨ ਜਿਹੜੇ ਨੇ, ਉਹਨਾਂ ਨੇ 6 ਵਾਰ ਬੀਜੇਪੀ ਦੇ ਵੱਲੋਂ ਹੀ ਜੋ ਹੈ ਉਹ ਪੰਜਾਬ ਤੋਂ ਵਿਧਾਨ ਸਭਾ ਦੇ ਵਿੱਚ ਰਿਪ੍ਰੈਜ਼ੈਂਟ ਕੀਤਾ ਹੈ, ਬੜਾ ਇੱਕ ਪਰਿਵਾਰ ਜੋ ਬੀਜੇਪੀ ਦੇ ਨਾਲ ਜੁੜਿਆ ਹੋਵੇ, ਔਰ ਕਾਫੀ ਜ਼ਿਆਦਾ ਨੇੜਤਾ ਜਿਹੜੀ ਹੈ ਇਹਨਾਂ ਦੀ ਉੱਪਰ ਤੱਕ ਵੀ ਹੈ, ਬਹੁਤ ਸਾਰੇ ਇਹਨਾਂ ਦੇ ਵੱਲੋਂ ਬੀਜੇਪੀ 'ਚ ਹੁੰਦੇ ਸੋ ਹੋਏ, ਬੜੇ ਲੰਬੇ ਸਮੇਂ ਤੋਂ ਆਪਾਂ ਕਹਿ ਲਈਏ ਪਰਿਵਾਰ ਹੀ ਪੂਰਾ ਜਿਹੜਾ ਹੈ ਉਹ ਭਾਜਪਾ ਦੇ ਨਾਲ ਸੰਘ 'ਚ ਵੀ ਚੰਗੀ ਜੁੜਿਆ ਹੋਇਆ ਜੀ, ਤਾਂ ਉਹ ਦੇਖਣਾ ਹੋਊਗਾ ਕਿ ਸੰਜੇ ਟੰਡਨ ਹਾਲਾਂਕਿ ਕਲੇਮ ਆਪਣਾ ਬਹੁਤ ਜ਼ਿਆਦਾ ਇਸ ਵਾਰ ਕਰ ਰਹੇ ਨੇ ਕਿ ਇਹ ਮੌਕਾ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਪੰਜਾਬ ਬੀਜੇਪੀ ਚੰਡੀਗੜ੍ਹ ਬੀਜੇਪੀ ਦੇ ਇੰਚਾਰਜ ਵੀ ਨੇ, ਮੇਅਰ ਦੀ ਇਲੈਕਸ਼ਨ ਮਿਲੇ ਵੀ, ਹਾਲਾਂਕਿ ਇਹਨਾਂ ਨੇ ਭੂਮਿਕਾ ਤਾਂ ਆਪਣੇ ਵੱਲੋਂ ਤਾਂ ਬਹੁਤ ਵੱਡੀ ਨਿਭਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਾਡੇ ਕੋਲ ਹੀ ਸੀਟ ਆਵੇ, ਪਰ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਜਾਂਦਾ, ਔਰ ਉੱਥੇ ਹੀ ਅਨੁਰਾਗ ਠਾਕੁਰ ਦੀ ਗੱਲ ਕਰ ਲਈਏ ਤਾਂ ਅਨੁਰਾਗ ਠਾਕੁਰ ਦਾ ਵੀ ਇੱਕ ਆਪਣਾ ਪੰਜਾਬੀ ਟੱਚ ਤਾਂ ਹੈ ਹੀ ਹੈ, ਇੱਕ ਆਪਾਂ ਹਿੰਦੀ ਟੱਚ ਵੀ ਕਹੀਏ ਪੰਜਾਬੀ ਟੱਚ ਵੀ ਕਹੀਏ, ਦੋਵੇਂ ਟੱਚ ਉਹਨਾਂ ਦੇ ਕੋਲ ਨੇ, ਪ੍ਰੇਮ ਕੁਮਾਰ ਧੂਮਲ ਦੇ ਬੇਟੇ ਨੇ, ਔਰ ਭਾਜਪਾ ਦੇ ਵਿੱਚ ਤਾਂ ਮੌਜੂਦਾ ਹੁਣ ਸਪੋਰਟਸ ਮਿਨਿਸਟਰ ਨੇ, ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰ ਨੇ, ਇੱਕ ਬਹੁਤ ਹੀ ਪਾਵਰਫੁਲ ਮਹਿਕਮੇ ਇਹਨਾਂ ਦੇ ਕੋਲ ਨੇ, ਔਰ ਅੱਛਾ ਇੱਕ ਇਹਨਾਂ ਦਾ ਨਾਮ ਬਣਿਆ ਹੋਇਆ ਬੀਜੇਪੀ ਦੇ ਵਿੱਚ, ਲੋਕ ਇਹਨਾਂ ਨੂੰ ਬਤੌਰ ਮੰਤਰੀ ਕਿਉਂਕਿ ਯੰਗ ਐਨਰਜੈਟਿਕ ਲੀਡਰ ਨੇ ਤਾਂ ਪਸੰਦ ਵੀ ਕਰਦੇ ਨੇ, ਤਾਂ ਹੋ ਸਕਦਾ ਕਿ ਜੇ ਬਾਹਰੋਂ ਕੋਈ ਇਸ ਨੂੰ ਲਿਆ ਕੇ ਉਤਾਰਨਾ ਹੋਵੇ ਤਾਂ ਅਨੁਰਾਗ ਠਾਕੁਰ ਨੂੰ ਵੀ ਇੱਥੇ ਉਤਾਰਿਆ ਜਾ ਸਕਦਾ। ਇਹਨਾਂ ਦਾ ਪੰਜਾਬ ਨਾਲ ਟੱਚ ਇਹ ਵੀ ਹੈ ਕਿ ਇਹਨਾਂ ਦੀ ਫੈਮਿਲੀ ਅੱਧੀ ਜਲੰਧਰ ਰਹਿੰਦੀ ਹੈ ਜੀ, ਇਹਨਾਂ ਦੀ ਸਾਰੀ ਅੱਧੀ ਫੈਮਿਲੀ ਰਾਕੇਸ਼ ਰਾਠੌੜ ਹੋਣੀ ਇਹਨਾਂ ਦੇ ਚਾਚਾ ਜੀ ਨੇ, ਉਹ ਪੂਰਾ ਦਾ ਬਹੁਤ ਐਕਟਿਵ ਬੀਜੇਪੀ ਦੇ ਲੀਡਰ ਵੀ ਨੇ, ਔਰ ਇਹ ਵੀ ਟੱਚ ਕਿਤੇ ਨਾ ਕਿਤੇ ਹੈਗਾ ਪੰਜਾਬ ਨਾਲ ਇੱਕ ਸੰਬੰਧ। ਦੇਖੋ ਪੰਜਾਬ ਦਾ ਜਿੱਥੇ ਕਲੇਮ ਚੰਡੀਗੜ੍ਹ ਦੇ ਉੱਤੇ 60% ਹੈਗਾ, ਹਰਿਆਣੇ ਦਾ 40 ਹੈ, ਔਰ ਉੱਥੇ ਹੀ ਹਿਮਾਚਲ ਵੀ ਕਹਿੰਦੇ ਨੇ ਕਿ 7% ਦਾ ਸਾਡਾ ਵੀ ਹੈ, ਤਾਂ ਕਿਤੇ ਨਾ ਕਿਤੇ ਉਹ ਸੋਚਦੇ ਨੇ ਕਿ ਚੰਡੀਗੜ੍ਹ ਆ ਕੇ ਜੇ ਰਾਜਧਾਨੀ ਦੇ ਉੱਤੇ ਇਲੈਕਸ਼ਨ ਲੜੀ ਜਾਵੇ ਤਾਂ ਅਨੁਰਾਗ ਠਾਕੁਰ ਵੀ, ਮੈਨੂੰ ਲੱਗਦਾ ਕੋਈ ਪਾਰਟੀ ਦੀ ਗਲਤ ਚੋਇਸ ਨਹੀਂ ਹੋਊਗੀ, ਅਨੁਰਾਗ ਠਾਕੁਰ ਵੀ ਇੱਕ ਵਧੀਆ ਆਪਾਂ ਕਹਿ ਸਕਦੇ ਹਾਂ ਕਿ ਰਿਪ੍ਰੈਜੈਂਟੇਸ਼ਨ ਬੀਜੇਪੀ ਦੇ ਵੱਲੋਂ ਦਿੱਤੀ ਉਹਨਾਂ ਦੀ ਜਾ ਸਕਦੀ ਹੈ, ਔਰ ਉੱਥੇ ਹੀ ਕੰਗਣਾ ਰਣੌਤ ਆਪਾਂ ਜ਼ਿਕਰ ਕਰ ਰਹੇ ਕੋਈ ਸੈਲੀਬ੍ਰਿਟੀ ਇਹ ਜਾਂਦੇ ਸੈਲੀਬ੍ਰਿਟੀ ਫੇਸ ਨੂੰ ਰਿਪਲੇਸ ਕਰੇਗਾ ਜੇ ਇਹ ਜਾਂਦੇ ਆ ਕਿਰਨ ਖੇਰ, ਤਾਂ ਕਿਉਂਕਿ ਕੰਗਣਾ ਰਣੌਤ ਚਰਚਿਤ ਨਾਂ ਤਾਂ ਹੈਗਾ, ਬੇਸ਼ੱਕ ਉਹ ਜਿਵੇਂ ਮਰਜ਼ੀ ਚਰਚਾ ਦੇ ਵਿੱਚ ਹੋਣ, ਫਿਲਮਾਂ ਤਾਂ ਹਾਲਾਂਕਿ ਜ਼ਿਆਦਾ ਉਹਨਾਂ ਦੀਆਂ ਉਸ ਹਿਸਾਬ ਨਾਲ ਨਹੀਂ ਚੱਲੀਆਂ ਇਹਨਾਂ ਦਿਨਾਂ ਦੇ ਵਿੱਚ, ਪਰ ਕੰਗਣਾ ਰਣੌਤ ਚਰਚਾ ਦੇ ਵਿੱਚ ਰਹਿੰਦੀ ਹੈ, ਔਰ ਬੀਜੇਪੀ ਦੇ ਬਹੁਤ ਕਲੋਜ਼ ਆ, ਅਮਿਤ ਸ਼ਾਹ ਹੋਣਾਂ ਦੇ ਬਹੁਤ ਕਲੋਜ਼ ਆ, ਪ੍ਰਧਾਨ ਮੰਤਰੀ ਮੋਦੀ ਹੋਣਾਂ ਤੱਕ ਸਿੱਧੀ ਅਪਰੋਚ ਕੰਗਣਾ ਦੀ ਹੈਗੀ, ਔਰ ਫਿਰ ਦੂਜਾ ਹਿਮਾਚਲ ਨਾਲ ਸੰਬੰਧ ਰੱਖਦੇ ਆ ਨਾਲ ਹੀ ਪੈਂਦਾ, ਔਰ ਹਿੰਦੂਆਂ ਦੇ ਵਿੱਚ ਠੀਕ ਠਾਕ ਕਿਤੇ ਕੈਟਰ ਕਰ ਲੈਣਗੇ, ਪਰ ਦੇਖਣਾ ਹੋਊਗਾ ਕਿ ਪਾਰਟੀ ਕੀ ਰਿਸਕ ਲੈਣਗੇ ਕੰਗਣਾ ਵਾਲਾ, ਕਿਉਂਕਿ ਇੱਕਦਮ ਆਊਟਸਾਈਡ ਪੈਰਾਸ਼ੂਟ ਕੈਂਡੀਡੇਟ ਨੇ। ਕਿਰਨ ਖੇਰ ਦਾ ਹਾਲਾਂਕਿ ਇੱਕ ਇੱਥੇ ਚੰਗਾ ਹੋਲਡ ਬਣਿਆ ਹੋਇਆ, ਕਿਰਨ ਖੇਰ ਨੂੰ ਕੀ ਫੋਰਸ ਕੀਤਾ ਜਾਊਗਾ, ਜਾਂ ਫਿਰ ਸੰਜੇ ਟੰਡਨ, ਜਾਂ ਫਿਰ
ਅਨੁਰਾਗ ਠਾਕੁਰ ਉਹਨਾਂ ਨੂੰ ਜਿਹੜੀ ਹੈ ਇਸ ਵਾਰ ਇਹ ਪਾਰੀ ਖੜਵਾਈ ਜਾਊਗੀ, ਇਹ ਦੇਖਣ ਵਾਲੀ ਗੱਲ ਰਹੂਗੀ। ਔਰ ਉੱਥੇ ਇੰਡੀਆ ਅਲਾਇੰਸ ਦੀ ਜੇ ਆਪਾਂ ਵਿਕਰਮ ਗੱਲ ਕਰਦੇ ਹਾਂ ਤਾਂ ਸੀਟ ਪਹਿਲਾਂ ਚਰਚਾਵਾਂ ਇਹ ਸੀ ਕਿ ਆਮ ਆਦਮੀ ਪਾਰਟੀ ਆਪਣੇ ਤੌਰ ਦੇ ਉੱਤੇ ਇੰਡੀਵਿਜੁਅਲ ਲੜੂਗੀ, ਉਹਦੇ ਵਿੱਚ ਨਾਮ ਰਾਘਵ ਚੱਡਾ ਦਾ ਬਹੁਤ ਜ਼ਿਆਦਾ ਆਉਂਦਾ ਸੀ ਕਿ ਰਾਘਵ ਚੱਡਾ ਨੀਤੀ ਚੋਪੜਾ ਹੋਣਾ ਦੀ ਵੀ ਚਰਚਾ ਚੱਲ ਰਹੀ ਸੀ, ਚੋਪੜਾ ਦਾ ਵੀ ਚਰਚਾ ਚੱਲ ਰਹੀ ਸੀ, ਬਿਲਕੁਲ ਉਹਨਾਂ ਦਾ ਵੀ ਨਾਮ ਜਿਹੜਾ ਹੈ ਦੋਵਾਂ ਦਾ ਆ ਰਿਹਾ ਸੀ। ਪਰ ਹੁਣ ਇੰਡੀਆ ਅਲਾਇੰਸ ਦੇ ਕੋਲ ਇਹ ਸੀਟ ਆ ਗਈ ਹੈ ਤਾਂ ਇੰਡੀਆ ਅਲਾਇੰਸ ਦੇ ਤਹਿਤ ਕਾਂਗਰਸ ਦੇ ਕੋਲ ਜੋ ਹੈ ਉਹ ਇਹ ਸੀਟ ਹੋਣੀ ਹੈ, ਤਾਂ ਇਹ ਚਿਹਰੇ ਸੰਭਾਵਿਤ ਚਿਹਰੇ ਜਿਹੜੇ ਨੇ ਉਹ ਇਸ ਵੇਲੇ ਨਜ਼ਰ ਆ ਰਹੇ ਨੇ। ਪਵਨ ਕੁਮਾਰ ਬਾਂਸਲ ਹੋਣਾ ਦਾ ਨਾਂ ਇਸ ਕਰਕੇ ਵੀ ਕਿਉਂਕਿ ਲੜਦੇ ਰਹੇ ਆ ਲਗਾਤਾਰ ਚੰਡੀਗੜ੍ਹ ਦੇ ਵਿੱਚ, ਪਕੜ ਬਹੁਤ ਜ਼ਬਰਦਸਤ ਆ ਪਵਨ ਕੁਮਾਰ ਬਾਂਸਲ ਹੋਣਾ ਦੀ, ਫਿਰ ਸੈਂਟਰ ਮਿਨਿਸਟਰ ਰਹੇ ਆ, ਫਿਰ ਮਨੀਸ਼ ਤਿਵਾੜੀ ਹੁਣੀ ਕਹਿੰਦੇ ਕਿ ਇਸ ਵਾਰ ਚੇਂਜ ਕਰ ਸਕਦੇ ਆ ਜਾਂ ਹਾਈਕਮਾਨ ਵੀ ਉਹਨਾਂ ਨੂੰ ਕਿ ਮਨੀਸ਼ ਤਿਵਾੜੀ ਹੁਣੀ ਇੱਕ ਚੰਗਾ ਚਿਹਰਾ ਨੇ, ਵੱਡੇ ਲੀਡਰ ਨੇ ਮਨੀਸ਼ ਤਿਵਾੜੀ ਹੁਣੀ, ਔਰ ਉਹ ਚੰਡੀਗੜ੍ਹ ਆ ਜਾਣ। ਐਚ ਐਸ ਲੱਕੀ ਹੁਣੀ ਠੀਕ ਚੰਗਾ ਹੋਲਡਰ ਰੱਖਦੇ ਐਚ ਐਸ ਲੱਕੀ ਹੁਣੀ ਵੀ, ਫਿਰ ਉੱਧਰੋਂ ਮਨੋਜ ਕੁਮਾਰ ਕਾਂਗਰਸ ਦੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਵੀ ਨੇ, ਔਰ ਉੱਧਰੋਂ ਮਨੋਜ ਕੁਮਾਰ ਕਹਿੰਦੇ ਕਿ ਜੇ ਨਵੇਂ ਦੇ ਤੌਰ 'ਤੇ ਕਿਉਂਕਿ ਸਟੂਡੈਂਟ ਪੋਲੀਟਿਕਸ ਦੇ ਵਿੱਚ ਉੱਠੇ ਹੋਏ ਆ, ਔਰ ਇਹਨਾਂ ਦਾ ਵੀ ਸੋਸ਼ਲ ਮੀਡੀਆ 'ਤੇ ਮੌਜੀ ਹੁਣਾਂ ਦੇ ਪੂਰਾ ਮਾਹੌਲ ਪੋਸਟਰ ਵਾਲੇ 'ਚੋਂ ਹੈ, ਮਾਹੌਲ ਬਣਾਉਣ ਵਾਲੇ 'ਚੋਂ, ਜਿਹੜੇ ਪੋਸਟਰ ਦੇ ਮਾਹੌਲ ਬਣਾਉਣ ਦੇ ਵਿੱਚ ਪੂਰਾ ਜ਼ੋਰ ਲਾ ਰਹੇ ਨੇ। ਦੇਖੋ ਇਹ ਸ਼ੁਰੂ ਤੋਂ ਹੀ ਵੈਸੇ ਇਹ ਖੂਬਸੂਰਤੀ ਹੈ ਕਿਉਂਕਿ ਇਹ ਲੋਕਤੰਤਰ ਦਾ ਤਿਉਹਾਰ ਹੈ, ਇਹ ਮੇਲਾ, ਇਹਦੇ ਵਿੱਚ ਫਿਰ ਹਰ ਕਿਸੇ ਨੇ ਮੇਲੇ 'ਚ ਆਪਾਂ ਨਜ਼ਾਰੇ ਲੁੱਟਨੇ ਹੁੰਦੇ ਨੇ ਵੀ, ਤਾਂ ਜਦੋਂ ਮਤਲਬ ਇਹ ਹੋਊਗਾ ਕਿ ਮੈਂ ਵੀ ਆਪਣੀ ਦਾਅਵੇਦਾਰੀ ਦਾ ਕਹਿੰਦੇ ਨੇ, ਉਹ ਸ਼ਖਸ ਨੇ ਜਦੋਂ ਵੀ ਕੋਈ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਚਾਰ ਬੰਦਿਆਂ ਤੋਂ ਲੈ ਕੇ 40,400-4,000 ਵਾਲਾ ਇਕੱਠ ਕਰਨ ਵਾਲੇ ਬੰਦਿਆਂ ਦੇ ਵਿੱਚੋਂ ਪ੍ਰੋਟੈਸਟ ਹਰੇਕ ਥਾਂ ਤੇ ਅੱਗੇ ਹੁੰਦੇ, ਜਿੱਥੇ ਕੋਈ ਧਰਨਾ ਹੁੰਦਾ ਤਾਂ ਮੌਜੀ ਤੁਹਾਨੂੰ ਲੱਭ ਹੀ ਜਾਊਗਾ। ਪਵਨ ਬਾਂਸਲ ਉਹਨਾਂ ਤੋਂ ਸ਼ੁਰੂਆਤ, ਬਾਂਸਲ ਹੀ ਜਿਹੜੇ ਨੇ ਉਹ ਕੈਂਡੀਡੇਟ ਹੋਣਗੇ ਕਿਉਂਕਿ ਪਹਿਲਾਂ ਵੀ 4 ਵਾਰ ਚੰਡੀਗੜ੍ਹ ਲੋਕ ਸਭਾ ਸੀਟ ਹੀ ਜਿਹੜੇ ਆ ਉਹ ਜਿੱਤ ਚੁੱਕੇ ਨੇ, ਔਰ ਬਤੌਰ ਇਹਨਾਂ ਦਾ ਐਕਸਪੀਰੀਅੰਸ ਹੈ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ, ਖਜ਼ਾਨਚੀ ਦਾ ਵੀ ਤੌਰ ਦੇ ਉੱਤੇ ਮੈਨੂੰ ਲੱਗਦਾ ਸ਼ਾਇਦ ਇਹਨਾਂ ਦੇ ਕੋਲ ਇਹਨਾਂ ਨੂੰ ਦਿੱਤੀ ਹੋਈ ਸੀ ਜ਼ਿੰਮੇਵਾਰੀ। ਤਾਂ ਮਨੀਸ਼ ਤਿਵਾੜੀ ਦੀ ਗੱਲ ਕਰ ਲਈਏ, ਮਨੀਸ਼ ਤਿਵਾੜੀ ਪਿਛਲੀ ਵਾਰ ਦੀ ਇਲੈਕਸ਼ਨਾਂ ਦੇ ਉੱਤੇ ਵੀ ਆਪਣੀ ਉਹਨਾਂ ਨੇ ਜ਼ਰੂਰ ਦਾਅਵੇਦਾਰੀ ਜਿਹੜੀ ਸੀ ਉਹ ਠੋਕੀ ਸੀਗੀ, ਉਹਦੇ ਵਿੱਚ ਵੀ ਪਵਨ ਕੁਮਾਰ ਬਾਂਸਲ ਸੀ, ਮਨੀਸ਼ ਤਿਵਾੜੀ ਸੀ, ਨਵਜੋਤ ਕੌਰ ਸਿੱਧੂ ਦੇ ਵਾਈਫ ਵੀ ਸੀਗੇ ਜਦੋਂ ਇੱਕ, ਮੈਨੂੰ ਨਵਜੋਤ ਸਿੰਘ ਸਿੱਧੂ ਦੇ ਵਾਈਫ ਜੀ, ਬਿਲਕੁਲ। ਤਾਂ ਉਦੋਂ ਕਿਸੇ ਨੇ ਖਬਰ ਵਿੱਚ ਲਈ ਸੀ ਇੱਕ ਨਾਰ ਸੋ ਬਿਮਾਰ ਵਾਲਾ ਕੰਮ ਹੋ ਗਿਆ ਕਹਿੰਦੇ ਚੰਡੀਗੜ੍ਹ ਸੀਟ ਦੇ ਉੱਤੇ, ਤਿੰਨ ਤਿੰਨ ਵੱਡੇ ਚਿਹਰਿਆਂ ਦੀ ਦਾਅਵੇਦਾਰੀ, ਹਾਲਾਂਕਿ ਉਦੋਂ ਨਵਜੋਤ ਕੌਰ ਸਿੱਧੂ ਵੀ ਇਹੀ ਬੜਾ ਕਹਿ ਰਹੇ ਸੀ, ਕਲੇਮ ਕਰ ਰਹੇ ਸੀ ਕਿ ਸੀਟ ਮੈਨੂੰ ਹੀ ਆਊਗੀ, ਮੈਨੂੰ ਚੰਡੀਗੜ੍ਹ ਤੋਂ ਲੜਾਇਆ ਜਾਊਗਾ। ਹਾਲਾਂਕਿ ਮਨੀਸ਼ ਤਿਵਾੜੀ ਅਨੰਦਪੁਰ ਸਾਹਿਬ ਤੋਂ ਇੱਧਰਲੇ ਪਾਸੇ ਜ਼ਰੂਰ ਸ਼ਿਫਟ ਹੋਣਾ ਚਾਹੁੰਦੇ ਨੇ ਅਨੰਦਪੁਰ ਸਾਹਿਬ ਦੇ ਵਿੱਚ, ਹੁਣ ਕਿਸ ਤਰੀਕੇ ਦੀ ਉੱਥੇ ਕਿਉਂਕਿ ਐਂਟੀ ਐਮਬੈਸੀ ਵੀ ਹੋ ਜਾਂਦੀ ਹੈ ਉੱਥੇ, ਤੁਹਾਨੂੰ ਲੱਗਦਾ ਕਿ ਜਦੋਂ ਲੀਡਰ ਜਿਹੜੇ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਉਸ ਤਰੀਕੇ ਦੇ ਨਾਲ ਜਦੋਂ ਬੰਦੇ ਨੂੰ ਚਿੰਤਾ ਪੈਣ ਲੱਗ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਚੰਡੀਗੜ੍ਹ ਵਾਲੇ ਪਾਸੇ ਜਿਹੜਾ ਹੈ ਉਹ ਇੱਕ ਨਵਾਂ ਤਰੀਕਾ ਅਜਮਾ ਕੇ ਦੇਖਿਆ ਜਾ ਸਕਦਾ ਹੈ। ਇੱਕ ਇਹ ਵੀ ਚੀਜ਼ ਹੋ ਜਾਣੀ ਹੈ ਜੇ ਅਨੰਦਪੁਰ ਸਾਹਿਬ ਲੜਦੇ ਆ, ਮੰਨ ਲਓ ਹੋਰ ਕਿਤੇ ਵੀ ਕੋਈ ਪੰਜਾਬ ਦੇ ਵਿੱਚ ਲੜਦਾ, ਤਾਂ ਉਹਨੂੰ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਫਿਰ ਬਾਕੀ ਦੀਆਂ ਪਾਰਟੀਆਂ ਜਿਹੜੀਆਂ ਉਹਨਾਂ ਨਾਲ ਫਾਈਟ ਕਰਨੀ ਪੈਣੀ, ਇੱਥੇ ਆਮ ਆਦਮੀ ਪਾਰਟੀ ਦੀ ਵੋਟ ਮਿਲ ਜਾਣੀ ਹੈ ਨਾਲ, ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੈ, ਕਿਤੇ ਨਾ ਕਿਤੇ ਵੀ ਲੱਗਦਾ। ਕੌਂਸਲਰ ਦੇਖੀਏ ਜੇ ਆਪਾਂ ਗਿਣਤੀ ਹੁਣ ਕੌਂਸਲਰਸ ਦੀ ਕਿੰਨੀ ਜ਼ਿਆਦਾ ਹੋ ਚੁੱਕੀ ਹੈ, ਆਮ ਆਦਮੀ ਪਾਰਟੀ ਦੇ ਕੌਂਸਲਰ ਜ਼ਿਆਦਾ ਨੇ ਇੰਡੀਆ ਅਲਾਇੰਸ ਦੇ ਤਹਿਤ, ਹੁਣ ਮੇਅਰ ਉਹਨਾਂ ਦਾ ਹੈ, ਤਾਂ ਇਹ ਤਿਵਾੜੀ ਤਾਂ ਸੋਚਦੇ ਹੀ ਹੋਣਗੇ ਜੇ ਕੈਲਕੂਲੇਸ਼ਨਾਂ ਦੇ ਹਿਸਾਬ ਨਾਲ ਲੀਡਰਸ ਇਹ ਸੋਚਦੇ ਹਨ, ਤਾਂ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਸੇਫਰ ਸਾਈਡ ਇੱਧਰ ਜਾ ਲੱਗਦੀ ਹੈ, ਚੰਡੀਗੜ੍ਹ ਸੀਟ ਕੱਢਣੀ ਸੌਖੀ ਹੋ ਸਕਦੀ ਹੈ। ਤਾਂ ਤਿਵਾੜੀ ਉਹਨਾਂ ਦੀ ਵੀ ਇਹੀ ਕੋਸ਼ਿਸ਼ ਹੋਊਗੀ ਕਿ ਇੱਧਰਲੇ ਪਾਸੇ ਨੂੰ ਆ ਕੇ ਜ਼ਰੂਰ ਕੰਟੈਸਟ ਕੀਤਾ ਜਾਵੇ। ਐਚ ਐਸ ਲੱਕੀ ਹਾਲਾਂਕਿ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ, ਤਾਂ ਦਾਅਵੇਦਾਰੀ ਤਾਂ ਜ਼ਰੂਰ ਹੈ, ਨਾਮ ਸੰਭਾਵੀ ਚਿਹਰੇ ਤਾਂ ਇਹਨਾਂ ਦੇ ਵੀ ਜ਼ਰੂਰ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹਨਾਂ ਦੋਵਾਂ ਦੇ ਵਿੱਚੋਂ ਹੀ ਪਹਿਲੇ ਦੋ ਜਿਹੜੇ ਨਾਮ ਨੇ ਇਹਨਾਂ ਦੋਵਾਂ ਦੇ ਨਾਮਾਂ ਦੇ ਵਿੱਚੋਂ ਹੀ ਵਿਕਰਮ ਪਾਰਟੀ ਜੋ ਹੈ ਡਿਸਾਈਡ ਕਰੇਗੀ। ਔਰ ਇਹ ਫੋਟੋਆਂ ਜ਼ਿਆਦਾ ਲਾਈਦੀਆਂ ਵੀ ਇਸ ਕਰਕੇ ਕਿਉਂਕਿ ਅਸੀਂ ਜਿੰਨਾ ਕੁ ਪਤਾ ਕਰਦੇ ਹਾਂ ਜਿਹੜੇ ਲੋਕਾਂ ਨੇ ਬਾਇਓਡਾਟਾ ਭੇਜਿਆ ਹੁੰਦਾ ਉਹਨਾਂ 'ਚ ਜਿਹੜੇ ਠੀਕ ਲੱਗਦੇ ਆ, ਜਿਹੜੇ ਸੰਭਾਵੀ ਨਾਰਾਜ਼ ਵੀ ਹੋ ਜਾਂਦੇ ਕਹਿੰਦੇ ਸਾਡੀ ਫੋਟੋ ਨਹੀਂ ਲਾਈ, ਸਾਡੀ ਫੋਟੋ ਚੌਥੇ ਨੰਬਰ ਲਾਤੀ, ਪੰਜਵੇਂ ਲਾਤੀ, ਪਰ ਇਹ ਹੁੰਦਾ ਕਿ ਜਿਹੜੀ ਚਰਚਾਵਾਂ ਆਉਂਦੀਆਂ ਨੇ ਗਰਾਊਂਡ ਤੋਂ ਜੋ ਸਰਵੇ ਚੱਲ ਰਹੇ ਹੁੰਦੇ ਨੇ ਉਹ ਸਰਵੇ ਦੇ ਹਿਸਾਬ ਦੇ ਨਾਲ ਹੀ ਜਿਹੜਾ ਸਾਡੇ ਵੱਲੋਂ ਉਹ ਫੋਟੋ ਲਗਾ ਦਿੱਤੀਆਂ ਜਾਂਦੀਆਂ। ਹਾਲਾਂਕਿ
ਨੰਬਰਿੰਗ ਨਹੀਂ ਮੈਟਰ ਕਰਦੀ ਹੁੰਦੀ ਕਿ ਜਿਹੜੀ ਕਈ ਵਾਰ ਚੌਥੇ ਵਾਲੀ ਵੀ ਜਿਹੜੀ ਚੀਜ਼ ਹੁੰਦੀ ਹੈ ਉਹ ਵੀ ਪਹਿਲੇ ਦੇ ਉੱਤੇ ਆ ਸਕਦੀ ਹੁੰਦੀ ਹੈ ਔਰ ਪਹਿਲੇ ਵਾਲੀ ਚੌਥੇ 'ਤੇ ਵੀ ਜਾ ਸਕਦੀ ਹੈ ਜਾਂ ਤੀਜੀ ਵਾਲੀ ਪਹਿਲੇ 'ਤੇ ਜਾ ਸਕਦੀ ਹੈ। ਇਹ ਪਾਰਟੀ ਨੇ ਡਿਸਾਈਡ ਕਰਨਾ, ਸਾਡੇ ਕੋਲ ਜਿਹੜੀ ਫੀਡਬੈਕ ਆਉਂਦੀ ਹੈ ਅਸੀਂ ਉਸੇ ਹਿਸਾਬ ਦੇ ਨਾਲ ਵਿਕਰਮ ਉਹ ਲੋਕਾਂ ਸਾਹਮਣੇ ਰੱਖ ਦਿੰਦੇ ਹਾਂ। ਤਾਂ ਬਿਲਕੁਲ ਹੁਣ ਅਨਾਊਂਸਮੈਂਟ ਹੋਣ ਵਾਲੀ ਹੈ ਗਗਨ, ਅੱਜ ਕੱਲ੍ਹ ਦੇ ਵਿੱਚ ਅਨਾਊਂਸਮੈਂਟ ਹੋ ਜਾਣੀ ਹੈ ਔਰ ਉਸ ਤੋਂ ਬਾਅਦ ਫਿਰ ਹੁਣ ਟੱਕਰ ਦੇਖਣਾ ਹੋਊਗਾ ਇਹਦੇ 'ਚੋਂ ਕਿਹਨੂੰ ਵਾਕਈ ਟਿਕਟ ਮਿਲਦੀ ਹੈ, ਕਿਉਂਕਿ ਇੱਧਰ ਬੀਜੇਪੀ ਹੈ, ਇੱਧਰ ਇੰਡੀਆ ਅਲਾਇੰਸ ਹੈ, ਔਰ ਕਿਉਂਕਿ ਇਹ ਸੀਟ ਜਿਹੜੀ ਹੈ ਕਾਂਗਰਸ ਦੇ ਹਿੱਸੇ ਆਈ ਹੈ ਇੰਡੀਆ ਅਲਾਇੰਸ ਦੇ ਵਿੱਚ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ। ਹਾਲਾਂਕਿ ਅਕਾਲੀ ਦਲ ਦਾ ਇੱਕ ਕੌਂਸਲਰ ਹੈ ਤਾਂ ਜੇ ਅਲਾਇੰਸ ਹੋ ਜਾਂਦਾ ਤਾਂ ਉਹ ਕੌਂਸਲਰ ਦੀ ਵੀ ਸਪੋਰਟ ਫਿਰ ਭਾਜਪਾ ਨੂੰ ਜਾਊਗੀ, ਭਾਜਪਾ ਨੂੰ ਜਿਹੜੀ ਹੈ ਉਹਨਾਂ ਦੇ ਵੱਲੋਂ ਸਪੋਰਟ ਕੀਤੀ ਜਾਣੀ ਹੈ। ਹਾਂ ਬਿਲਕੁਲ ਬਿਲਕੁਲ, ਤਾਂ ਅਕਾਲੀ ਦਲ ਦਾ ਇੱਕੋ ਇੱਕ ਕੌਂਸਲਰ ਹੈਗਾ, ਵੈਸੇ ਅਕਾਲੀ ਦਲ ਬਹੁਤਾ ਇੰਟਰਸਟ ਨਹੀਂ ਲੈਂਦਾ ਚੰਡੀਗੜ੍ਹ ਦੇ ਵਿੱਚ ਕਹਿੰਦੇ। ਹਾਲਾਂਕਿ ਧਰਨੇ ਮੁਜ਼ਾਹਰੇ ਦੀ ਜੇ ਗੱਲ ਕਰੀਏ ਤਾਂ ਅਕਾਲੀ ਦਲ ਨੇ ਉਦੋਂ ਧਰਨੇ ਮੁਜ਼ਾਹਰੇ ਤਾਂ ਜ਼ਰੂਰ ਲਗਾਏ, ਪਰ ਜਿਹੜਾ ਸੀਟ ਦੇ ਉੱਤੇ ਕਲੇਮ ਵਾਲਾ ਹੁੰਦਾ ਕੰਮ ਜਾਂ ਸੀਟ ਲੜਨ ਦੀ ਗੱਲ ਆ ਉਹ ਹਮੇਸ਼ਾ ਭਾਜਪਾ ਦੇ ਨਾਲ ਅਲਾਇੰਸ ਦੇ ਉੱਤੇ ਹੀ, ਕਿਉਂਕਿ ਕੌਂਸਲਰ ਦੇਖੋ ਬਿਲਕੁਲ ਪੰਜਾਬ ਦੀ ਰਾਜਧਾਨੀ ਹੋਵੇ, ਕੌਂਸਲਰ ਇੱਕ ਹੋਵੇ, ਇਸ ਕਰਕੇ ਵੀ ਸ਼ਾਇਦ ਸਮਝਿਆ ਜਾ ਸਕਦਾ ਕਿ ਉਸ ਤਰ੍ਹਾਂ ਦਾ ਕੋਈ ਇੰਟਰਸਟ ਨਹੀਂ ਹੋਏਗਾ। ਪਰ ਬੀਜੇਪੀ ਔਰ ਇੰਡੀਆ ਅਲਾਇੰਸ ਦੇ ਚਿਹਰੇ ਤੁਹਾਡੇ ਸਾਹਮਣੇ ਦੇਖਣਾ, ਹਾਈਕਮਾਨ ਨੇ ਤੈਅ ਕਰਨਾ ਬੀਜੇਪੀ ਵਾਲੇ ਕਿਹਨੂੰ ਟਿਕਟ ਦਿੰਦੇ ਆ, ਕਾਂਗਰਸ ਕਿਹਨੂੰ ਉਤਾਰਦੀ ਹੈ ਮੈਦਾਨ ਦੇ ਵਿੱਚ, ਪਰ ਡਿਸਾਈਡ ਬਹੁਤ ਜਲਦ ਹੋਣ ਵਾਲਾ, ਦੇਖਣਾ ਹੋਏਗਾ ਕਿ ਟਿਕਟਾਂ ਕਿਹਨੂੰ ਦਿੱਤੀਆਂ ਜਾਂਦੀਆਂ। ਧੜਕਣਾਂ ਸਭ ਦੀਆਂ ਤੇਜ਼ ਆ ਕਿਉਂਕਿ ਫਾਈਨਲੀ ਨਾਵਾਂ 'ਤੇ ਮੰਥਨ ਹੋ ਰਿਹਾ, ਸਾਈਨ ਹੋਣੇ ਬਾਕੀ ਹੈ ਅਤੇ ਉਸ ਤੋਂ ਬਾਅਦ ਸਿਰਫ ਅਨਾਊਂਸਮੈਂਟ ਬਾਕੀ।